ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕੌਰ ਸੰਧੂ ਬਲੌਗ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਚਲੋ ਜੀ, ਜਿਹੜੇ ਹੁਣ ਟਾਈਮ ਹੋ ਗਿਆ, 4:15 ਹੋ ਗਏ ਨੇ, ਸਵੇਰ ਦੇ 4:15 ਵੱਜ ਗਏ ਨੇ। ਹੁਣ ਆਪਾਂ ਅੱਜ ਚੱਕਰੀ ਦਾ ਵਰਤ ਹੈਗਾ, ਹੁਣ ਆਪਾਂ ਵਰਤ ਰੱਖਦੇ ਹਾਂ। ਪਹਿਲਾਂ ਮੈਂ ਨਹਾ ਕੇ ਆਉਂਦੀ ਹਾਂ, ਨਹਾ ਕੇ ਫਿਰ ਵਰਤ ਰੱਖਾਂਗੇ, ਫਿਰ ਆਪਾਂ ਚਾਹ ਪਾਣੀ ਪੀਂਦੇ ਹਾਂ। ਬਹੁਤ ਮੇਰੀਆਂ ਭੈਣਾਂ ਰੱਖਦੀਆਂ ਨੇ ਜੀ ਵਰਤ, ਇਹ ਬੱਚਿਆਂ ਵਾਸਤੇ ਬਹੁਤ ਵਧੀਆ ਵਰਤ ਹੁੰਦਾ। ਵੈਸੇ ਤਾਂ ਬੇਟੇ ਦਾ ਹੁੰਦਾ ਹੈਗਾ ਇਹ, ਚਲੋ ਬੱਚਿਆਂ ਵਾਸਤੇ ਹੀ ਹੁੰਦਾ ਜੀ, ਬੱਚਿਆਂ ਨੂੰ ਪਰਮਾਤਮਾ ਤੰਦਰੁਸਤੀ ਬਖਸ਼ੇ, ਹੈ ਨਾ। ਚਲੋ ਜੀ, ਹੁਣ ਜਿਹੜਾ ਟਾਈਮ ਹੈਗਾ 4:30 ਵੱਜ ਗਏ ਨੇ, 4:35 ਹੋ ਗਏ। ਫਿਰ ਆਪਾਂ ਨਹਾਇਆ ਏ, ਹੁਣ ਦੇਖਦੇ ਹਾਂ ਕੁਛ ਖਾਣੇ ਪੀਣੇ, ਹੈ ਨਾ। ਸਵੇਰੇ ਸਵੇਰੇ ਚਲੋ ਖਾਣ ਪੀਣ ਨੂੰ ਤਾਂ ਨਹੀਂ ਜੀ ਕਰਦਾ, ਹੈ ਨਾ, ਭੁੱਖ ਵੀ ਨਹੀਂ ਹੈਗੀ। ਚਾਹ ਪੀ ਲੈਂਦੇ ਹਾਂ, ਦੇਖਦੇ ਹਾਂ ਉਸ, ਚਲੋ ਵਿਹਾਰ ਬਣਿਆ ਹੋਇਆ, ਹੈ ਨਾ, ਜਿਵੇਂ ਕਰ ਲੈਂਦੇ ਹਾਂ। ਦੀਵਾਲੀ ਦੀਆਂ ਸਫਾਈਆਂ ਚੱਲਦੀਆਂ ਨੇ ਜੀ, ਉੱਠਣਾ ਬਹੁਤ ਔਖਾ ਲੱਗਦਾ ਸਵੇਰੇ ਸਵੇਰੇ। ਮੈਂ ਤਾਂ ਮਸਾਂ ਉੱਠੀ ਹਾਂ, ਜਿਹੜੇ ਨੀਂਦ ਅੱਖਾਂ 'ਚ ਰੜਕ ਜਾਂਦੀ ਹੈ। ਦੀਵਾਲੀ ਦੀਆਂ ਸਫਾਈਆਂ ਕਰਨ ਕਰਕੇ ਥੱਕ ਜਾਂਦੇ ਹਾਂ, 3-4 ਦਿਨ ਹੋ ਗਏ ਮੈਨੂੰ। ਮੈਂ ਘਰ ਸਾਫ਼ ਕਰ ਰਹੀ ਸੀ, ਹੁਣ ਰੱਖਦੇ ਹਾਂ ਜੀ। ਚਲੋ ਅੱਜ 8 ਹੈਗੀ, ਅਸ਼ਟਮੀ ਦਾ ਵਰਤ ਹੁੰਦਾ ਇਹ। ਲਓ ਜੀ, ਜਿਹੜਾ ਟਾਈਮ ਹੈ ਹੁਣ 5 ਵੱਜ ਗਏ ਨੇ, ਆਪਾਂ ਨੇ ਵਰਤ ਰੱਖ ਲਿਆ। ਹੁਣ ਮੈਂ ਥੋੜ੍ਹੀ ਜਿਹੀ ਸਫਾਈ ਜੀ ਕਰ ਦਿੰਦੀ ਹਾਂ, ਨਾਲੇ ਵਿਹੜੇ 'ਚ ਝਾੜੂ ਲਾ ਕੇ ਆਉਣੀ ਆ। ਉੱਧਰ ਤਾਂ ਵੀਡੀਓ ਤਾਂ ਨਹੀਂ ਆਉਂਦੀ ਜੀ ਉੱਧਰ, ਕਿਉਂਕਿ ਵਿਹੜੇ 'ਚ ਹਨੇਰਾ ਪਿਆ ਹੈਗਾ, ਬਿਲਕੁਲ ਹਨੇਰਾ ਪਿਆ ਹੋਇਆ। ਹੁਣ ਆਪਾਂ ਇਸ ਤੋਂ ਬਾਅਦ ਮੈਂ ਆਪਦੀ, ਚਲੋ ਸੁਨੇਹਾ ਆਪਾਂ ਦਾ, ਹੈ ਨਾ, ਵਿਹੜੇ ਦੀ ਸਫਾਈ ਕਰ ਲਾਂਗੇ, ਝਾੜੂ ਲਾ ਲਾਂਗੇ ਵਿਹੜੇ 'ਚ। ਲਓ ਜੀ, ਹੁਣ ਜਿਹੜਾ ਟਾਈਮ ਹੈ 8 ਵੱਜ ਗਏ ਨੇ, ਮਸ਼ੀਨ ਮੇਰੀ ਕੱਲ੍ਹ ਦੀ ਉਹ ਚੱਲਦੀ ਹੈ, ਨਾਲ ਨਾਲ ਸਫਾਈਆਂ ਚੱਲਦੀਆਂ ਨੇ, ਨਾਲ ਨਾਲ ਮਸ਼ੀਨ ਫਿਰ ਨਾਲ ਨਾਲ ਚੱਲੀ ਜਾਂਦੀ ਹੈ। ਜਿਹੜੇ ਕੱਪੜੇ ਆਪਣੇ ਸਾਰੇ, ਪੇਟੀਆਂ ਵਗੈਰਾ ਦੇ ਗਲਾਫ, ਨਵਾਰੀ ਦਾ ਗਲਾਫ, ਚਾਦਰਾਂ ਵਗੈਰਾ, ਸਾਰੇ ਜਿਹੜੇ ਕੱਪੜੇ ਧੋਤੇ ਨੇ, ਨਾਲ ਦੀ ਨਾਲ ਆਪਾਂ ਕੱਪੜੇ ਧੋਈ ਜਾਂਦੇ ਹਾਂ, ਨਾਲ ਦੀ ਨਾਲ ਆਪਾਂ ਆਪਦੀ ਸਫਾਈ ਕਰੀ ਜਾਂਦੇ ਹਾਂ। ਆਹ ਦੇਖੋ, ਕੁਛ ਤਾਂ ਰਾਤ ਸੁੱਕ ਗਏ ਅਤੇ ਕੱਲ੍ਹ ਸੁੱਕ ਗਏ ਅਤੇ ਕੱਪੜੇ, ਕੁਛ ਮੈਂ ਹੁਣ ਪਾਏ ਨੇ, ਜਗ੍ਹਾ ਨਹੀਂ ਸੀਗੀ ਮਸ਼ੀਨ 'ਚ, ਸਾਰੇ ਚਾਦਰਾਂ ਚੁਦਰਾਂ, ਕਿਉਂਕਿ ਗਰਮੀ ਵਾਲੇ ਕੱਪੜੇ ਸਾਰੇ ਜੀ ਲੈਤੇ ਤਾਂ ਆ ਖੇਸ, ਆਹ ਕੰਬਲ ਤਾਂ ਥੋੜ੍ਹਾ ਹੀ ਟਾਈਮ ਲੈਤੇ ਨੇ, ਹੁਣੇ ਜਦੋਂ ਥੋੜ੍ਹਾ ਜਿਹਾ ਮਹੀਨਾ ਕੁ ਹੋ ਗਿਆ, ਪਹਿਲਾਂ ਤਾਂ ਨਹੀਂ ਸੀ, ਅੱਸੂ ਜੇ 'ਚ ਹੀ ਕੱਢੇ ਅਤੇ ਪਹਿਲਾਂ ਖੇਸ ਖੂਸ ਲੈਂਦੇ ਹੁੰਦੇ ਤੇ, ਫਿਰ ਵੀ ਚਲੋ ਮੁਸ਼ਕ ਜਾਣ ਲੱਗ ਜੇ ਤਾਂ ਜੇ ਆਪਾਂ ਐਵੇਂ ਕੱਪੜਾ ਰੱਖ ਦਈਏ। ਮੇਰੀ ਆਦਤ ਹੈ, ਮੈਂ ਸਾਰੇ ਕੱਪੜੇ ਧੋ ਕੇ ਹੀ ਸਾਂਭਦੀ ਹੁੰਦੀ ਹਾਂ, ਚਾਹੇ ਇੱਕ ਵਾਰੀ ਬਿਸਤਰਾ ਵਸਾ ਲਿਆ, ਫਿਰ ਵੀ ਮੇਰੀ ਆਦਤ ਹੈ ਮੈਂ ਧੋ ਕੇ ਹੀ, ਜੇ ਕੋਈ ਰਿਸ਼ਤੇਦਾਰ ਆਇਆ ਤਾਂ ਵੀ ਮੈਂ ਧੋਣੀ ਹੁੰਦੀ, ਇੱਥੇ ਧੁੱਪ ਬਹੁਤ ਲੱਗਦੀ, ਸਿੱਧਾ ਸੂਰਜ ਲੱਗਦਾ। ਹੁਣ ਮੈਂ ਗੋਹਾ ਪੱਥ ਕੇ ਆਉਣੀ ਹਾਂ, ਬਾਕੀ ਆਪਣੀ ਮਸ਼ੀਨ ਚੱਲਦੀ ਹੈ, ਚਲੋ ਚੱਲੀ ਜਾਊਗੀ ਵਰਤ ਕਰਕੇ। ਅੱਜ ਆਪਾਂ ਸਾਫ਼ ਸਫਾਈ ਕੋਈ ਨਹੀਂ ਕਰਦੇ, ਕਿਉਂਕਿ ਫਿਰ ਜ਼ਿਆਦਾ ਭੁੱਖ ਲੱਗਦੀ ਹੈ, ਔਖਾ ਵੀ ਹੋ ਜਾਂਦਾ। ਸੂਟ ਸਿਲਾਈ ਕਰ ਲਾਂਗੇ, ਇੱਕ ਕੱਪੜੇ ਬਹੁਤ ਜ਼ਿਆਦਾ ਪਏ ਨੇ, ਅੱਜ ਇੱਕ ਸੂਟ ਸਿਲਾਈ ਕਰ ਲਾਂਗੇ ਆਪਾਂ। ਹੁਣ ਮੈਂ ਪੱਥਦੀ ਹਾਂ ਗੋਹਾ, ਦਿਖਾਉਣੀ ਆ ਤੁਹਾਨੂੰ। ਦੀਵਾਲੀ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਸਾਡੇ ਘਰੇ, ਤਾਂ ਖੋਆ ਕੱਢਦੇ ਨੇਗੇ। ਕੱਢ ਲਿਆ ਮੰਮੀ, ਕੱਲ੍ਹ ਵੀ ਕੱਢਿਆ ਸੀਗਾ, ਚਲ ਹੋਰ ਹੋਰ ਬਾਪੂ ਜੀ ਕਹਿੰਦੇ ਨਾ, ਫੇਰ ਵੀ ਕੱਢਦੇ ਹੁੰਦੇ ਆ ਜਦੋਂ ਪਾਉਂਦੇ ਨੀ। ਹੋਰ ਹੁਣ ਠੰਡ ਜੀ ਹੋ ਗਈ, ਲੱਸੀ ਵਧੀਆ ਨੀ ਲੱਗਦੀ। ਦੇਖ ਲਓ ਮੇਰਾ ਨਿੰਬੂ ਵੀ ਸਾਰਾ ਤੁਹਾਡੇ ਪੇ, ਇੰਜਣ ਚਲਾਤਾ ਉੱਧਰ, ਸਮਝ ਨਹੀਂ ਲੱਗਦੀ। ਹੁਣ ਮੈਂ ਗੋਹਾ ਪੱਥਦੀ ਹੁਣ ਆਪਦਾ, ਸਵੇਰੇ ਸਵੇਰੇ ਸਾਰੇ ਆਪਦੇ ਕੰਮਾਂ ਦੇ ਲੱਗੇ ਪਏ ਨੇ, ਕੋਈ ਬਾੜੀ ਘੜਦਾ, ਕੋਈ ਕੁਛ ਕਰਦਾ। ਆ ਪਿਆ ਮੇਰਾ ਗੋਹਾ, ਹੁਣ ਇਹਦੇ ਨਾਲ ਮੱਥਾ ਲਾਉਣੀ ਆ।
ਜੀ ਹੁਣ ਜਿਹੜਾ ਹੈਗਾ ਗੋਹਾ ਪਾ ਦਿਆਂ ਫਿਰ ਦੇਖਦੇ ਆ ਮਸ਼ੀਨ ਚੱਲਦੀ ਹੈ ਕੱਪੜੇ ਕੱਢ ਕੇ ਫਿਰ ਰੋਟੀ ਦੇ ਲਵੇ ਲੱਗਾਂਗੇ ਜਿਹੜਾ ਹੈਗਾ ਗੋਹੇ ਬਿਨਾਂ ਵੀ ਨਹੀਂ ਸਰਦਾ ਹੈਗਾ ਜੀ ਪਾਥੀਆਂ ਬਿਨਾਂ ਬਾਲਣ ਬਿਨਾਂ ਤਾਂ ਬਹੁਤ ਔਖਾ ਹੋ ਜਾਂਦਾ ਬਾਕੀ ਆਪਾਂ ਇੰਨਾ ਪਾਥਦੇ ਵੀ ਹੈਗੇ ਹਨ ਥੋੜ੍ਹਾ ਹੀ ਪਾ ਦਿੰਦੀ ਮੈਂ ਆਹੀ ਪਾਣੀਆਂ 'ਚ ਇੱਕ ਮਹੀਨਾ ਪੱਠਾਂਗੇ ਜੇ ਜ਼ਿਆਦਾ ਠੰਡ ਜੀ ਪੈਣ ਲੱਗ ਗਈ ਫਿਰ ਆਪਾਂ ਰੂੜੀ 'ਤੇ ਸਿੱਟ ਦਿੰਦੇ ਹਾਂ ਜੇ ਜਿੰਨੀ ਕੁ ਜ਼ਰੂਰਤ ਹੁੰਦੀ ਹੈ ਗੋਬਰ ਗੈਸ ਦੇ ਵਿੱਚ ਪਾ ਕੇ ਬਾਕੀ ਆਪਾਂ ਰੂੜੀ 'ਤੇ ਸਿੱਟ ਦਿੰਦੇ ਹੁੰਦੇ ਹਾਂ ਸਾਰਾ ਚਲੋ ਜੀ ਹੁਣ ਸਾਗ ਸੂਗ ਧਰਦੇ ਹਾਂ ਹੈ ਨਾ ਪਾਥੀਆਂ ਦੀ ਜ਼ਰੂਰਤ ਪੈਂਦੀ ਹੈਗੀ ਹੁਣ ਸਿਆਲ 'ਚ ਜਿਵੇਂ ਮੋਠਾਂ ਦੀ ਦਾਲ ਹੋ ਗਈ ਜਾਂ ਹੈ ਨਾ ਮੂੰਗੀ ਵਗੈਰਾ ਹੋ ਗਿਆ ਸਾਗ ਹੋ ਗਿਆ ਉਹ ਚੁੱਲ੍ਹੇ 'ਤੇ ਧਰਦੇ ਹਾਂ ਪਾਥੀਆਂ ਬਿਨਾਂ ਵੀ ਆਪਾਂ ਨੂੰ ਨਹੀਂ ਸਰਦਾ ਹੈਗਾ ਇਹ ਵੀ ਜ਼ਰੂਰੀ ਨੇ ਸਾਰੇ ਕੰਮ ਮੈਂ ਖੁਦ ਹੀ ਕਰਦੀ ਹੁੰਦੀ ਆਪਦਾ ਜੋ ਟਾਈਮ ਮਿਲਦਾ ਪੱਥ ਲੈਂਦੇ ਹਾਂ ਕੋਈ ਪੱਕਾ ਵੀ ਨਹੀਂ ਹੈਗਾ ਜਿੱਦੇ ਨਹੀਂ ਟਾਈਮ ਹੈਗਾ ਕਿਧਰੇ ਜਾਣਾ ਕਿਤੇ ਜਾਣਾ ਆਉਣਾ ਹੁੰਦਾ ਫਿਰ ਆਪਾਂ ਸਾਰਾ ਰੂੜੀ 'ਤੇ ਚੜ੍ਹ ਦਿੰਦੇ ਹਾਂ ਜਦੋਂ ਫ੍ਰੀ ਜੀ ਹੁੰਦੀ ਹਾਂ ਪੱਥ ਲੈਂਦੇ ਹਾਂ ਲਓ ਜੀ ਗੋਹਾ ਆਪਾਂ ਪੱਥਤਾ ਹੁਣ ਪੱਥ ਧੋ ਕੇ ਹੋਰ ਕੰਮ ਕਰਦੇ ਹਾਂ ਚਲੋ ਮਿਲਦੇ ਹਾਂ ਫਿਰ ਦੁਬਾਰੇ ਹੈ ਨਾ ਬਣ ਗਿਆ ਮਾੜਾ ਮੈਨੂੰ ਕੱਚਾ ਨਹੀਂ ਲੱਗਦਾ ਪਾ ਦੇ ਤੋਲ ਕੇ ਪਾਈਏ ਖੰਡ ਇਹ ਥੱਲੇ ਪੱਟਣ ਕਰਕੇ ਲੋ ਇਹਦੇ ਵਿੱਚ ਸੇਕ ਵੱਧ ਹੁੰਦਾ ਫਿਰ ਉਹ ਗਿੱਲੀ ਹੋਈ ਪਈ ਹੈ ਨਾ ਮੀਂਹ ਨਾਲ ਜਿਹੜਾ ਲੋਹੇ ਦਾ ਚੁੱਲ੍ਹਾ ਧਰਦੇ ਉਹ ਵੀ ਨੀ ਇੰਨਾ ਕਾਮਯਾਬ ਨੀ ਹੈਗਾ ਉਹ ਜਿਹੜੀ ਲੋਹ ਹੈਗੀ ਇਹ ਬਹੁਤ ਵਧੀਆ ਚੀਜ਼ ਹੈ ਜਿਹੜੀ ਨੀਚੇ ਪੱਟਦੇ ਆ ਸੇਕ ਬਹੁਤ ਪੈਂਦਾ ਜੀ ਥੱਲੇ ਪੱਟੀ ਹੋਈ ਹੈ ਲੋ ਮਿੱਠਾ ਪਾਤਾ ਖੰਡ ਪਈ ਹੈ ਜੀ ਮੰਮੀ ਖੁਰੂ ਖੰਡ ਸੇਕ ਤਾਂ ਹੈ ਨਹੀਂ ਅੱਗ ਮੜੀ ਜੀ ਗਾਂ ਕਰਦਾ ਲਓ ਜੀ ਦੀਵਾਲੀ ਦੀਆਂ ਤਿਆਰੀਆਂ ਚੱਲਦੀਆਂ ਨੇ ਸੰਧਾਰੇ ਦੇਵਾਂਗੇ ਕੁੜੀਆਂ ਨੂੰ ਨਾਲੇ ਸੰਧਾਰਿਆਂ ਦਾ ਕੁੜੀਆਂ ਦਾ ਤਾਂ ਭੱਜ ਹੈਗਾ ਆਪਦਾ ਰੱਜ ਹੈ ਹੈ ਨਾ ਮੈਂ ਪਤਲਾ ਮੈਨੂੰ ਲੱਗਦਾ ਹਜੇ ਜ਼ਿਆਦਾ ਕੈੜਾ ਕਰਕੇ ਫਿਰ ਖੰਡ ਪਾਉਣੀ ਤੀ ਸਿਹਤ ਹੀ ਪਾਤੀ ਕਿਹੜੇ ਵੇਲੇ ਇਕੱਠਾ ਹੋਊਗਾ ਫਿਰ ਇਹ ਤਾਂ ਟਾਈਮ ਲੱਗ ਜੂ ਮੈਂ ਤਾਂ ਥੋੜ੍ਹਾ ਜਿਹਾ ਹੋਰ ਇਕੱਠਾ ਕਰਕੇ ਫਿਰ ਪਾਉਣੀ ਨੀ ਆਟਾ ਭੁੰਨਿਆ ਪਿਆ ਵਿੱਚ ਪਾਉਣ ਵਾਸਤੇ ਸੂਜੀ ਨਾਲ ਬੜਾ ਵਧੀਆ ਬਣਦਾ ਲਓ ਜੀ ਹੁਣ ਆਪਾਂ ਟੇਕਦੇ ਹਾਂ ਮੱਥਾ ਟਾਈਮ ਜਿਹੜਾ ਹੈਗਾ ਡੇਢ ਵੱਜ ਗਿਆ ਹੁਣ ਆਪਾਂ ਮੱਥਾ ਟੇਕ ਲੈਂਦੇ ਹਾਂ ਫਿਰ ਆਪਾਂ ਕਹਾਣੀ ਸੁਣਾਂਗੇ ਦੇਖਦੇ ਹਾਂ ਜੇ ਉਰੇ ਸਾਡੇ ਘਰੇ ਸੁਣ ਲਾਂਗੇ ਨਹੀਂ ਆਪਾਂ ਮੇਰੀ ਦਰਾਣੀ ਦੇ ਘਰੇ ਚੱਲਾਂਗੇ ਉੱਧਰ ਕਹਾਣੀ ਸੁਣਾਂਗੇ ਨਹੀਂ ਐਂ ਨਹੀਂ ਪਤਾ ਉਹ ਉਰੇ ਆ ਜੇ ਫੋਨ ਕਰਕੇ ਦੇਖਦੀ ਹਾਂ ਮੈਂ ਇੱਕ ਥਾਂ ਮੈਂ ਸੁਣ ਲਾਂਗੇ ਚਲੋ ਜੀ ਹੁਣ ਮੈਂ ਮੱਥਾ ਟੇਕਦੀ ਹਾਂ
लो जी पहला मैं फोटो रखनी भुल गई थी, मंगवा के रखी हुई थी मेरी, मैं अंदरों चकनी भुल गई। मैं हर एक साल फोटो ही रख लेनी हूँ साफ करके माता दी, अष्टमी माता दी। ते हुण चलो जी परमात्मा सारे दे बच्चों है ना लंबिया उम्र बख्शे, तंदुरुस्तियाँ बख्शे, पढ़ाई दे दान बख्शे। अगे मैं रखती हूँ थी जी वर्त, मैं जदों का बेटा होया उदों की रख दी हैगी। फिर बिच दी उरे तो बहुत जाने ने बधाते छड़ते, मैं क्या चलो मैनू भी कहते कहते छड़ते चाहे बधा दे, मैं क्या चलो है ना जो रखते हैं भी कानू बधाने ने भी हूँ रखते हैं चलो ता कि हों एक दिन है ना एक दिन ना कोई फर्क नहीं पैंदा है। आप घर झाड़ चढ़ाई करते तो अज फिर मैं नहीं झाड़िया, अज वर्त थी गा। हूँ आप चलते हैं जी कहानी सुन, हूँ आप कहानी सुन चलते हैं चलो। मूरा कर ला हूँ भाई इन्हें टॉफिया भी दे दो, कितने लुकोया डब्बा हस देख वीर नु टॉफिया दे दे भाई, दंद खराब हो जाने एक बथेरी है। नहीं है मैं थप्पड़ मारा टक्का नहीं दा एक वीर ने बथेरी किन्नी लेनी ने पता तनु ओन्नी ही मिलने के किन्नी है हु आ दस 1 2 3 किन्नी है बस 3 लेनिया ने लो जी टाइम जिहड़ा हैगा 6 बजने वाले ने गे शाम दे। आपां हुण शाम दा रोटी टुक कर लग गए, एक मैं दाल बना के रख ली, हुण आपां भुर्जी बना रहे हां पालक दी भुर्जी, एक दाल बना ली एक पालक दी भुर्जी बना लैने आ। फिर तारा भी चढ़न वाली है, जे आपां मत्था टेक लांगे रोटी बना लैने आ पहलां, क्योंकि हर्ष नू भी जल्दी उठना होंगे सवेरे नू भुख लगी हैगी। आप फिर मत्था टेक के रोटी खा लेंगे, खा लेंगे ये खा लेंगे। हुण मैं आ चीर दियाँ हरिया मिर्चा चीर दियाँ तड़के च पावांगे। हाँ मैं इन्ने प्याज लेते ने, हाँ मैं पनीर का कद्दूकस कर लिया ये ना आप तीन दो तीन तोरियाँ पावांगे बिल्कुल कच्चिया कच्चिया ने, बहुत वधिया बनती है पालक की पनीर की सॉरी पनीर की भुर्जी बहुत वधिया बनती है। बिच आप तोरियां तल लांगे बिच प्याजा के नाल ही, कच्ची कच्ची जी तोरियां लिया ने मैं तीन छोटी छोटी अपना तेल गर्म होने लिए रखता। मैं आटा मैं गुन्न लिया, हूँ बस एक पासे मैं भुर्जी बना दिनी हाँ एक पासे मैं रोटी बना लूंगी। नाल ही आपां तोरियां पाती जी प्याजा दे, नाल ही तलियां जाणगियां इह त्या पनीर आपां बाद चों पावांगे जदों बण गए इह भुज गए पनीर नाल, तां लूण मिर्च पा के दो कबेड़ी देवांगे। कच्चिया कच्चिया जिहां तोरियां तोड़ के लई थी मैं छोटी छोटी, बहुत स्वाद लगदियां ने। एक मैं सब्जी बना के रखती पहले ही। लो जी हुण जिहड़ा टाइम हैगा 6:30 हो गए, तारा चढ़ गया आप मत्था टेक आए। पहला मैं देख के आई सी कोई तारा नहीं सीगा, हुण मैं रोटी बना के ही देखण गई सी आप मत्था टेक आए तारा चढ़ गया। हुण आ देखो जिहड़ी पनीर दी भुर्जी बनाई है मैं, देखो किन्नी वधिया बनी है। एक अपा ने दाल बना ली, इधर अपनी दाल हैगी, तो अपने रोटी भी बना ली, हूँ आप खाने रोटी मत्था टेक आए। चलो जी जो साडे चैनल पर नवे हो तो प्लीज़ सबसक्राइब जरूर करो, साडी वीडियो नूं लाइक कमेंट शेयर जरूर करया करो। सारिआं नूं जी हाथ जोड़ के सत श्री अकाल, जय जवान जय किसान, सदा खुश रहो जी।